ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਉਹ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਨੂੰ ਲੈ ਕੇ ਮੈਂ ਪਹੁੰਚਿਆ ਮਾਂ ਡੰਡਪੁਰ ਖਰੋੜੀਆਂ ਔਰ ਖੋਰੇ ਸੱਚ ਸੰਤਾਲੀ ਦੇ ਪੰਜਾਬ ਦੀ ਵੰਡ ਜਿਹੜੀ ਹੈ ਪੰਜਾਬੀਆਂ ਦੇ ਸੀਨੇ 'ਤੇ ਜਿਹੜੀ ਲੀਕ ਲੱਗੀ ਸੀ ਉਹਦੇ ਬਾਰੇ ਦੇ ਵਿੱਚ ਇਹ ਦੋ ਦੋਸਤ ਜਿਹੜੇ ਨੇ ਦੋਨਾਂ ਦਾ ਨਾਮ ਅਨਾਇਤ ਹੈ। ਇੱਕ ਵੀ ਅਨਾਇਤ ਮਸੀਹ ਨੇ, ਦੂਸਰੇ ਵੀ ਅਨਾਇਤ ਮਸੀਹ ਨੇ ਜਿਨ੍ਹਾਂ ਨੇ ਖੋਰੇ ਸੱਚ ਸੰਤਾਲੀ ਦੇ ਆਪਣੀਆਂ ਅੱਖਾਂ ਦੇ ਨਾਲ ਦੇਖੇ ਨੇ ਔਰ ਇਹ ਸਾਰਾ ਕੁਛ ਹੁੰਦਾ ਹੋਇਆ ਦੇਖਿਆ ਜਿਹੜਾ ਕਿ 47 ਦੇ ਵਿੱਚ ਬਹੁਤ ਜ਼ਿਆਦਾ ਸਾਰੇ ਲੋਕ ਕਹਿੰਦੇ ਨੇ ਕੱਟ ਵੱਡ ਹੋਈ ਹੈ ਔਰ ਉਹਦੇ 'ਚ ਜਿੰਨੇ ਵੀ ਲੋਕ ਨੇ ਉਹ ਉੱਥੋਂ ਜਾਨ ਲੱਗਿਆਂ ਲੁੱਟੇ ਗਏ ਫੁੱਟੇ ਗਏ, ਉਹਨਾਂ ਦੇ ਹੱਥ ਕੁਛ ਨਹੀਂ ਆਇਆ, ਇੰਝ ਹੋਇਆ। ਗਲਤ ਉਹ ਹੁੰਦੀ ਹੈ ਜਿਹੜੇ ਕਿ ਲੋਕ ਉੱਥੇ ਪ੍ਰਾਇਮਰੀ ਸੋਰਸਿਸ ਨੇ। ਪਹਿਲੇ ਤਾਂ ਇਹ ਦਾਅਵਾ ਕੀਤਾ ਜਾਂਦਾ ਵੀ ਯਾਰ ਫਲਾਣਾ ਰਿਕਾਰਡਿੰਗ ਜਿਹੜੀ ਹੈ ਉਹਦੇ 'ਚ ਮੁਸਲਿਮ ਸੀ, ਇਸ ਲਈ ਉਹ ਤਾਂ ਪੱਖ ਮੁਸਲਿਮ ਦਾ ਮਾਰੇਗਾ, ਜੇ ਅਗਰ ਕੋਈ ਹਿੰਦੂ ਹੈ ਤਾਂ ਹਿੰਦੂ ਦਾ ਪੱਖ ਮਾਰੇਗਾ, ਕੋਈ ਸਿੱਖ ਹੈ ਤਾਂ ਸਿੱਖ ਦਾ ਪੱਖ ਮਾਰੇਗਾ। ਇੱਕ ਜਿਹੜੀ ਥਰਡ ਕਮਿਊਨਿਟੀ ਹੈ ਕ੍ਰਿਸਚੀਅਨ ਕਮਿਊਨਿਟੀ ਹੈ ਜਿਨ੍ਹਾਂ ਨੂੰ ਨਾ ਤਾਂ ਸਾਡੇ ਨਾਲ ਕੋਈ ਮਤਲਬ ਹੈ ਅਤੇ ਨਾ ਕੋਈ ਸਿੱਖਿਆ ਨਾ ਕੋਈ ਮਤਲਬ ਸੀ, ਫਿਰ ਵੀ ਉਹਦੇ ਬਾਵਜੂਦ ਵੀ ਸੱਚ ਸੱਚ ਹੁੰਦਾ, ਸੱਚ ਹੀ ਹੱਕ ਹੁੰਦਾ। ਤੁਸੀਂ ਮੈਨੂੰ ਦੱਸੋ ਕਿ ਵੀ ਉਹ ਤੁਸੀਂ ਦੱਸ ਰਹੇ ਸੀ ਕਿ ਇੱਥੋਂ ਖਤਰੀਆਂ ਦੇ ਬੜਾ ਮਾਲ ਨਿਕਲ ਗਿਆ ਖਤਰੀਆਂ ਦੇ ਘਰਾਂ 'ਚੋਂ ਜੀ, ਸੋਨੇ ਚਾਂਦੀ ਤੱਕ ਇੱਥੋਂ ਨਿਕਲਿਆ, ਸੋਨਾ ਚਾਂਦੀ ਤੱਕ ਡੰਡਪੁਰ ਦੇ ਵਿੱਚੋਂ ਨਿਕਲਿਆ। ਅਤੇ ਜਿਹੜੇ ਲੋਕ ਇੱਥੋਂ ਲੈ ਕੇ ਗਏ ਉਹਨਾਂ ਦਾ ਹੱਕ ਸੀ ਉਹਨਾਂ ਚੀਜ਼ਾਂ 'ਤੇ? ਨਿੱਜੀ ਹੱਕ ਤਾਂ ਨਹੀਂ ਸੀ, ਮਗਰ ਉਹ ਤੁਹਾਨੂੰ ਪਤਾ ਉਹ ਘਰ 'ਚ ਦੱਬੇ ਸਨ ਚੀਜ਼ਾਂ। ਹਾਂਜੀ, ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ ਉਹ ਦੂਜੀ ਗੱਲ ਦੱਸ ਰਹੇ ਸੀ ਕਿ ਵੀ ਮਾੜੇ ਦਾੜੇ ਦਸ ਦਾਣਿਆਂ ਵਾਲੀ ਗੱਲ। ਹਾਂਜੀ ਹਾਂਜੀ, ਉਹ ਦਿੰਦੇ ਰਹੇ ਨੇ ਗਰੀਬਾਂ ਨੂੰ, ਸਾਡੀ ਕੌਮ ਗਿਰੀ, ਜ਼ਮੀਨ ਕੋਲ ਨਹੀਂ ਸੀ, ਉਹਨਾਂ ਦੀ ਮਿਹਨਤ ਕਰਦੇ ਰਹੇ, ਉਹਨਾਂ ਜੋ ਕਣਕ ਸਿੱਟੇ ਨਿਕਲਣੇ ਨੇ ਦਾਣੇ ਮੁੱਕ ਜਾਂਦੇ ਹੈਗੇ ਗਰੀਬ ਆਦਮੀ, ਉਹ ਫਿਰ ਉਹਨਾਂ ਬੜੀ ਦੇਖਭਾਲ ਕਰਨੀ ਕਿਸੇ ਨੂੰ ਮਾਣ ਦੋ ਕਮੀ ਕਰਕੇ ਮਾਰਦੇ ਰਹੇ। ਸਹੀ, ਮਤਲਬ ਕਿ ਫਰਕ ਨਹੀਂ ਸੀ ਮਹਿਸੂਸ, ਫਰਕ ਨਹੀਂ ਸੀ। ਅਤੇ ਚਾਚਾ ਜੀ ਇੱਕ ਹੋਰ ਮੈਨੂੰ ਗੱਲ ਤੁਸੀਂ ਦੱਸੋ ਕਿ ਜਦੋਂ ਇਹ ਪਿੰਡ ਉਹ ਲੋਕ ਚਲੇ ਗਏ ਨੇ ਅਤੇ ਪਿੰਡ ਦਾ ਕੀ ਹਾਲ ਸੀ ਉਸ ਵੇਲੇ? ਉਸ ਵੇਲੇ ਜੀ ਪਿੰਡ ਦਾ ਹਾਲ ਮੰਦਾ ਹੀ ਹੋ ਗਿਆ ਸੀ, ਮੰਗੇ ਤੋਂ ਬੇਰੁਜ਼ਗਾਰੀ, ਇਹ ਵਿਚਾਰੇ ਆਏ, ਅਸਲ ਮਾਲਕ ਚਲੇ ਗਏ। ਹਾਂਜੀ, ਇਹ ਜਦੋਂ ਆਏ ਨਾ ਮਾਜਰ ਸਾਡੇ ਵੱਡੇ ਆਏ ਨੇ, ਹਾਂਜੀ ਉਹ ਵੱਡੇ ਹੀ ਕਿ ਤੁਹਾਡੇ ਦਾਤੇ ਉਹ ਚੰਗੇ ਭਲੇ ਹੀ ਉਹਨਾਂ ਨਾਲ ਕੰਮ ਕੀਤੇ ਨੇ ਜੀ। ਬਿਲਕੁਲ। ਅੱਛਾ ਜੀ, ਉਹ ਆਏ ਨੇ ਤੇ ਡੇਰ ਪਾ ਰਹੇ ਨੇ, ਕੋਈ ਡੰਗਰ ਨਹੀਂ ਸੀ, ਉਹ ਵੀ ਮਾੜੇ, ਪੈਸਾ ਨਹੀਂ ਸੀ ਉਹਨਾਂ ਕੋਲ ਵੀ ਕੁਛ ਨਹੀਂ। ਹਾਂਜੀ, ਤੇ ਗਰੀਬ ਤੇ ਰਹੀਏ ਵਾਹ ਵਾਹ ਚ। ਹਾਂਜੀ, ਫਿਰ ਇਹਨਾਂ ਦੇ ਹੱਥ ਝੜ ਗਏ ਨੇ, ਬਾਈਆਂ ਕਰਨ ਲੱਗ ਪੈਣੇ, ਉਹਨਾਂ ਦਾ ਦੀ ਮਿਹਰਬਾਨੀ ਨੇ ਟੁੱਕਰ ਪੇ ਖਾਣੇ ਉਦੋਂ ਦਾ ਹੀ। ਹਾਂਜੀ, ਆਪਣਾ ਕਮਾ ਕੇ ਉਹਦੇ ਚਲੇ ਗਏ ਨਾ, ਕੁਝ ਮਾਲ ਵਰਾਨ ਹੋ ਗਿਆ, ਕੁਝ ਉਹ ਲੈ ਗਏ ਜੋ ਪਹੁੰਚਾ ਰਿਹਾ। ਸਹੀ, ਮਤਲਬ ਕਿ ਜਾਣ ਵਾਲੇ ਜਿਹੜੇ ਲੋਕ ਸਨ ਉਹ ਆਪਣੇ ਨਾਲ ਇੱਥੋਂ ਕੀ ਕੀ ਲੈ ਕੇ ਗਏ, ਤੁਸੀਂ ਕੀ ਦੇਖਿਆ? ਹਾਂਜੀ, ਕੁਝ ਨਹੀਂ ਦੇਖਿਆ। ਜਦੋਂ 47 ਹੋਈ ਤੇ ਤੁਸੀਂ ਕੁਝ ਨਹੀਂ ਦੇਖਿਆ? ਖਾਲੀ ਗਏ ਜੀ, ਅਸੀਂ ਲੁੱਧਣੀ ਤੁਰ ਗਏ ਹਾਂ, ਡਰਦੇ ਭੱਜ ਗਏ। ਅੱਛਾ, ਤੁਸੀਂ ਵੀ ਦੂਸਰੇ ਪਿੰਡ ਬੱਚੇ ਪਿੰਡ ਬਾਹਰ ਨਾਲ ਲੁੱਟੜੇ ਨੇ? ਅੱਛਾ, ਲੁੱਧੜ ਕੇ। ਇੱਕ ਗੱਲ ਹੈ ਵੇ, ਇੱਥੇ ਕੋਈ ਨੁਕਸਾਨ ਨਹੀਂ ਹੋਇਆ, ਨੁਕਸਾਨ ਨਹੀਂ ਹੋਇਆ, ਜਾਨ ਨਹੀਂ, ਕਤਲ ਨਹੀਂ ਕੀਤਾ, ਲੜਾਈ ਝਗੜਾ ਨਹੀਂ ਹੋਇਆ, ਵੈਰ ਹੋਇਆ ਹੀ ਨਹੀਂ ਕੋਈ। ਐਵੇਂ ਪਿਆ ਬੰਦਾ ਆਖੇ ਕਿ ਬਈ ਉਹ ਮਹੀਨੇ ਬਾਅਦ ਚੁੱਪ ਕਰਕੇ ਗਏ ਨੇ, ਚੁੱਪ ਕਰਕੇ, ਕਿਸੇ ਨੂੰ ਤੰਗ ਨਹੀਂ ਕੀਤਾ। ਜਦੋਂ ਆਪਣਾ ਤੁਹਾਡਾ ਯਾਰ ਗਿਆ ਤੁਸੀਂ ਆਪਣੇ, ਅਗਰ ਜੇ ਤੁਹਾਡਾ ਦੋਸਤ ਉਹ ਜ਼ਿੰਦਾ ਹੋਵੇ, ਠੀਕ ਹੈ, ਮੈਂ ਇਹਨਾਂ ਨੂੰ ਵੀਰ ਜੀ ਮੈਂ ਕਹਾਂਗਾ ਕਿ ਇਹਨਾਂ ਦੇ ਜਿਹੜੇ ਦੋਸਤ ਨੇ ਨਾਮ ਦੱਸ ਰਹੇ ਨੇ, ਤੁਸੀਂ ਪਤਾ ਕਰਿਓ ਆਪਣੇ ਵੱਡਿਆਂ ਤੋਂ ਜਾਂ ਬੂਆ ਕੋਲੋਂ ਉਹ ਲੋਕ ਕਿੱਥੇ ਗਏ ਨੇ, ਕੀ ਨਾਮ ਦੱਸਿਆ ਸੀ ਤੁਸੀਂ ਆਪਣੇ ਯਾਰ ਦਾ? ਇੱਕ ਜਿਹੜਾ ਜਾਰਾ ਸੀ, ਜਾਰਾ ਸਿੰਘ, ਇੱਕ ਜਿਹੜਾ ਸਰਦਾਰੀ ਤੇ ਇੱਕ ਜਿਹੜਾ ਨਾਂ ਸੀ ਸੁੱਚਾ, ਸੁੱਚਾ ਸਰਦਾਰ ਸੁੱਚਾ ਸਿੰਘ, ਸਾਡੇ ਨਾਲ ਵੀ ਲਿਖ ਲਓ ਸਰ ਜੀ ਨਾਮ। ਅੱਛਾ, ਸੁੱਚਾ ਸਿੰਘ, ਅਤੇ ਉਹ ਦੱਸ ਰਹੇ ਨੇ ਕਿ ਇਹ ਜਿਹੜੇ ਲੋਕ ਜਿਨ੍ਹਾਂ ਦੇ ਨਾਮ ਇਹਨਾਂ ਨੇ ਲੈ ਨੇ, ਵੀਰ ਜੀ ਅਗਰ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਡੇ ਜਾਣ ਪਹਿਚਾਣ ਦੇ ਵਿੱਚ ਹੈ
ते देख लो उमर दे ऐस हिस्से विच अपने जिहड़े आड़ी ने उन्हां नूं यार कर रहे ने बचपन दे जिहड़े कहिंदे ने तू ते मेरा आड़ी है संतरे दी फाड़ी है ये ते उस संतरे दीआं फाड़ियां ने जिहड़ियां के हाँ जी अगर कितने कोई सबब लगता है तो उन्होंने मैसेज जरूर देवो कि तुहाडे जिहड़े आड़ी ने तुहानूं बेली जिहड़े ने बचपन दे वो याद करते हैं ਤੇ ਤੁਸੀਂ ਜਦੋਂ ਉਹ ਗਏ ਨੇ ਤੁਹਾਨੂੰ ਮਿਲ ਕੇ ਗਏ ਫਿਰ ਨਹੀਂ ਜੀ ਉਹ ਆਪੋ ਦਾਬੀ ਪੈ ਗਈ ਸੀ ਬੜੀ ਰਾਤ ਜਾਣ ਤੇ ਬੜੀ ਕੋਈ ਨਹੀਂ ਮਤਲਬ ਕਿ ਕਿਸੇ ਨੂੰ ਪਤਾ ਬਿਲਕੁਲ ਨਹੀਂ ਅਸੀਂ ਰਾਤੋ ਰਾਤ ਭੱਜ ਗਏ ਹਾਂ ਆਸਰਾ ਲੈ ਕੇ ਕਿਉਂ ਮੁਸਲਮਾਨਾਂ ਪਿੰਡ ਸੀ ਉਹ ਡਸਕੇੜ ਭੱਜ ਗਏ ਜੀ 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 ਨਹੀਂ ਨਹੀਂ ਵਾਲੇਕੁਮ ਸਲਾਮ ਦੁੱਖ ਕਹਿ ਰਹੇ ਨੇ ਕਿ ਬਚਪਨ ਦੇ ਹੜੀ ਜਿਹੜੇ ਨੇ ਆੜੀ ਨੇ ਉਹਨਾਂ ਦਾ ਦੁੱਖ ਸਾਨੂੰ ਅੱਜ ਵੀ ਹੈ ਵੇ ਸੰਤਾਲੀ ਜਿੱਥੇ ਲੱਖਾਂ ਜਾਨਾਂ ਲੈ ਕੇ ਗਿਆ ਉੱਥੇ ਯਾਰਾਂ ਕੋਲੋਂ ਯਾਰ ਵੀ ਗਵਾਚੇ ਨੇ ਔਰ ਐਸੇ ਐਸੇ ਯਾਰ ਗਵਾਚੇ ਨੇ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਮੈਂ ਗਿਆ ਸੀ ਲਾਇਲਪੁਰ ਅਤੇ ਲਾਇਲਪੁਰ ਦੇ ਵਿੱਚ ਜਾ ਕੇ ਮੈਂ 69 ਸਾਲ ਬਾਅਦ 69 ਈਅਰਸ ਬਾਅਦ ਦੋ ਦੋਸਤਾਂ ਦੀ ਆਪਸ ਦੇ ਵਿੱਚ ਗੱਲ ਕਰਾਈ ਸੀ ਜੰਮੂਆਂ ਵਾਲੇ ਮੁਰੱਬੇ ਦੇ ਉੱਤੇ ਅਤੇ ਉਹਨਾਂ ਦੀਆਂ ਗੱਲਾਂ ਸਨ ਸੁਣਨ ਵਾਲੀਆਂ ਔਰ ਹੰਝੂਆਂ ਨਾਲ ਅੱਖਾਂ ਜਿਹੜੀਆਂ ਸਨ ਉਸ ਵੇਲੇ ਮੇਰੀਆਂ ਵੀ ਗਿੱਲੀਆਂ ਹੋ ਗਈਆਂ ਸਨ ਕਿਉਂਕਿ ਕਿਸੇ ਵਿਛੜੇ ਨੂੰ ਮਿਲਾਉਣਾ ਮੈਂ ਕਹਿੰਦਾ ਬਹੁਤ ਸਵਾਬ ਦਾ ਕੰਮ ਹੈ ਔਰ ਅਗਰ ਮੇਰੇ ਇਸ ਪ੍ਰੋਗਰਾਮ ਦੀ ਤਵਸਤ ਦੇ ਨਾਲ ਖੋਰੇ ਸੱਚ ਸੰਤਾਲੀ ਦੇ ਨਾਲ ਅਗਰ ਕੋਈ ਆਪਸ ਦੇ ਵਿੱਚ ਮਿਲ ਪਾਏਗਾ ਤਾਂ ਸ਼ਾਇਦ ਮੇਰੀ ਜ਼ਿੰਦਗੀ ਦੇ ਜਿਹੜੇ ਨੇ ਉਹ ਦਿਨ ਥੋੜ੍ਹੇ ਆਸਾਨ ਹੋ ਜਾਣਗੇ ਔਰ ਉਹਨਾਂ ਬਾਰੇ ਮੈਂ ਕਹਾਂਗਾ ਕਿ ਜਾਣ ਵਾਲੇ ਤਾਂ ਚਲੇ ਗਏ ਪਿੱਛੇ ਰਹਿ ਗਈਆਂ ਸਨ ਯਾਦਾਂ ਔਰ ਯਾਦਾਂ ਦੇਖੋ ਕਿੰਨੀਆਂ ਸੋਹਣੀਆਂ ਨੇ ਇਹਨਾਂ ਦੇ ਮੂੰਹੋਂ ਜਿਹੜੀਆਂ ਗੱਲਾਂ ਅਸੀਂ ਸੁਣ ਰਹੇ ਹਾਂ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਖੋਰੇ ਸੱਚ ਦੇ ਨਾਲ